ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਗੱਲ ਕਰਾਂਗਾ ਵਿਜ਼ਿਟਰ ਵੀਜ਼ਾ ਦੀ ਸੱਚਾਈ ਬਾਰੇ। ਮੈਂ ਲਵਪ੍ਰੀਤ ਵਰਮਾ ਫਾਊਂਡਰ ਵੈਨਿਊਰ ਇੰਗਲਿਸ਼ ਜਗਰਾਉਂ ਤੋਂ ਸਾਰੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਵਿਜ਼ਿਟਰ ਵੀਜ਼ਾ ਪੰਜਾਬ ਦੇ ਵਿੱਚ ਇਸ ਵੀਜ਼ਾ ਦੇ ਨਾਮ 'ਤੇ ਬੜੀ ਹੀ ਲੁੱਟ ਮੱਚ ਰਹੀ ਹੈ। ਤੁਹਾਨੂੰ ਦੱਸਿਆ ਜਾਂਦਾ ਹੈ ਜੀ 70% ਸਕਸੈਸ ਰੇਟ ਹੈ, 90% ਹੈ ਜਾਂ 99% ਵੀਜ਼ਾ ਆ ਜਾਊਗਾ, 1% ਹੋ ਸਕਦਾ ਵੀਜ਼ਾ ਨਾ ਆਵੇ। ਦੇਖੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਟਰੈਪ ਕਰਨ ਵਾਸਤੇ ਹੈ। ਕਿਉਂ? ਵੀਜ਼ਾ ਦੀ ਜਿਹੜੀ ਸੱਚਾਈ ਹੈ, ਕੰਸਲਟੈਂਟ ਨੂੰ ਪਤਾ ਹੁੰਦਾ ਕਿ ਤੁਹਾਡਾ ਵੀਜ਼ਾ ਆਏਗਾ ਨਹੀਂ ਆਏਗਾ ਜਾਂ ਕੀ ਹੈ। ਉੱਥੇ ਕੀ ਹੁੰਦਾ, ਬੇਸਿਕਲੀ ਕੰਸਲਟੈਂਟਸ ਰੱਖੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਬਾਰ ਬਾਰ ਕਾਲ ਕਰਕੇ ਕਹਿੰਦੀਆਂ ਸਰ ਵੀਜ਼ਾ ਲਗਵਾਓ, ਤੁਹਾਡੇ ਬਹੁਤ ਅੱਛੇ ਚਾਂਸਿਸ ਨੇ, ਤੁਹਾਡਾ ਤਾਂ ਵੀਜ਼ਾ ਬੱਟ 'ਤੇ ਪਿਆ, ਈਜ਼ੀ ਵੀਜ਼ਾ ਈਜ਼ੀ ਤਰੀਕੇ ਨਾਲ ਆ ਜਾਏਗਾ ਜੀ, ਤਾਂ ਬਹੁਤ ਤੁਹਾਨੂੰ ਜਲਦੀ ਅਪਲਾਈ ਕਰ ਦੇਣਾ ਚਾਹੀਦਾ। 10-20-30 ਹਜ਼ਾਰ ਰੁਪਇਆ ਲੈ ਕੇ ਤੁਹਾਡੇ ਤੋਂ ਵੀਜ਼ਾ ਅਪਲਾਈ ਕਰ ਦਿੰਦਾ। ਹੁਣ ਸੋਚੋ, ਵਿਚਾਰ ਕਰਨ ਦੀ ਗੱਲ ਹੈ, ਤੁਸੀਂ 10 ਹਜ਼ਾਰ ਦੇ ਦਿੱਤਾ ਜਾਂ 20 ਹਜ਼ਾਰ ਦੇ ਦਿੱਤਾ, 20 ਹਜ਼ਾਰ ਦੇ ਹਿਸਾਬ ਨਾਲ ਅਗਰ 100 ਜਣਾ 20-20 ਹਜ਼ਾਰ ਦਿੰਦਾ ਤਾਂ 20 ਲੱਖ ਇਕੱਠਾ ਹੋ ਜਾਂਦਾ, ਠੀਕ ਹੈ। ਸੋ ਇਸ ਕਰਕੇ ਜਿਹੜੀਆਂ ਕੁਛ ਕੰਸਲਟੈਂਸੀਜ਼ ਹੈਗੀਆਂ ਜਿਹੜੀਆਂ ਵਿਜ਼ਟਰ ਵੀਜ਼ਾ ਨੂੰ ਬਹੁਤ ਪ੍ਰਮੋਟ ਕਰਦੀਆਂ ਕਿ ਜੀ ਲਗਾ ਕੇ ਦੇਖ ਲਓ। ਰੋਜ਼ਮਰ੍ਹਾ ਦੇ ਵਿੱਚ ਮੈਂ ਦੇਖ ਰਿਹਾ ਕਿ ਮੇਰੇ ਕੋਲ ਇੱਦਾਂ ਦੇ ਕੇਸਿਸ ਆਉਂਦੇ ਜਿਨ੍ਹਾਂ ਦੇ 3-3 ਰਿਫਿਊਜ਼ਲ ਹੁੰਦੇ ਆ, ਉਹਨਾਂ ਨੂੰ ਦੱਸਿਆ ਜਾਂਦਾ ਕਿ ਜੀ ਅਸੀਂ ਤੁਹਾਡਾ ਵੀਜ਼ਾ ਅਪਲਾਈ ਕਰਾਂਗੇ, 20 ਹਜ਼ਾਰ ਲਵਾਂਗੇ, ਉਸ ਤੋਂ ਬਾਅਦ ਦੁਬਾਰਾ ਵੀ ਤੁਹਾਡਾ ਅਸੀਂ ਅਪਲਾਈ ਕਰ ਦਾਂਗੇ, ਜੇ ਰਿਫਿਊਜ਼ਲ ਆਵੇ ਅੱਬਲ ਤਾਂ 99% ਵੀਜ਼ਾ ਆ ਜਾਏਗਾ, 1% ਹੋ ਸਕਦਾ ਨਾ ਆਵੇ। ਮੈਨੂੰ ਬੜਾ ਹੀ ਹੈਰਾਨੀ ਭਰੀ ਮੈਂ ਸੋਚ ਦੇ ਨਾਲ ਇਹ ਚੀਜ਼ਾਂ ਸੋਚਦਾ ਹਾਂ, ਕਿਸ ਤਰ੍ਹਾਂ ਤੁਹਾਨੂੰ ਸਭ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਕੰਸਲਟੈਂਟਸ ਦੇ ਥਰੂ। ਸੋ ਦੇਖੋ, ਵਿਜ਼ਟਰ ਵੀਜ਼ਾ ਦੇ ਵਿੱਚ ਕੁਝ ਸਿਗਨੀਫਿਕੈਂਟ ਫੈਕਟਰਸ ਹੁੰਦੇ ਆ। ਪਹਿਲਾਂ ਤੁਹਾਡੀ ਟਰੈਵਲ ਹਿਸਟਰੀ, ਟਰੈਵਲ ਹਿਸਟਰੀ ਬਹੁਤ ਮਾਇਨੇ ਰੱਖਦੀ ਹੈ। ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਕਿਸੇ ਅੱਛੀ ਕੰਟਰੀ ਦੇ ਵਿੱਚ, ਮੈਂ ਕਹੂੰਗਾ ਕਿ ਤੁਸੀਂ ਟਰੈਵਲ ਹਿਸਟਰੀ ਬਣਾਉਣ ਦੇ ਵਿੱਚ ਜ਼ੋਰ ਲਗਾਓ। ਪਹਿਲਾਂ ਤੁਸੀਂ ਸਿੰਗਾਪੁਰ ਚੱਕਰ ਲਗਾਓ, ਫਿਰ ਦੁਬਈ ਚੱਕਰ ਲਗਾਓ, ਜਾਂ ਛੋਟੀ ਕਿਸੇ ਯੂਰੋਪੀਅਨ ਕੰਟਰੀ ਦੇ ਵਿੱਚ ਚੱਕਰ ਲਗਾਓ, ਸਿੱਧਾ ਹੀ ਤੁਸੀਂ ਕੈਨੇਡਾ ਨੂੰ ਹੱਥ ਨਾ ਪਾਓ, ਕਿਉਂਕਿ ਵੀਜ਼ਾ ਆਫਿਸਰ ਦੇਖਦਾ ਕਿ ਸਾਊਥ ਇੰਡੀਆ ਤਾਂ ਇਹਨਾਂ ਨੇ ਘੁੰਮਿਆ ਨਹੀਂ ਹੈ ਔਰ ਸਿੱਧਾ ਇਹ ਕੈਨੇਡਾ ਜਾ ਰਹੇ, ਠੀਕ ਹੈ। ਸੋ ਫਸਟ ਆਫ ਆਲ ਆਪਣੀ ਵੀਜ਼ਾ ਹਿਸਟਰੀ ਨੂੰ ਤੁਸੀਂ ਬਿਲਡਅਪ ਕਰੋ। ਇਹ 6-7 ਮਹੀਨੇ ਸਾਲ ਦਾ ਪ੍ਰੋਸੈਸ ਹੈ। ਜੇ ਤੁਸੀਂ ਅੱਛੀ ਕੰਟਰੀ ਦਾ ਵੀਜ਼ਾ ਲੈਣਾ, ਪਲੈਨਿੰਗ ਨਾਲ ਲਿੱਤਾ ਜਾ ਸਕਦਾ ਹੈਗਾ। ਸੋ ਦੇਖਦੇ ਕਿ ਇਜ਼ ਹੀ ਔਰ ਸ਼ੀ ਅ ਜੈਨੂਅਨ ਵਿਜ਼ਿਟਰ ਔਰ ਨੋਟ, ਕਿ ਲਾਸਟ ਟੂ ਲਾਸਟ ਈਅਰ ਜੀ ਅਸੀਂ ਦੁਬਈ ਗਏ ਸੀ, ਫਿਰ ਅਸੀਂ ਸਿੰਗਾਪੁਰ ਚਲੇ ਗਏ, ਹੁਣ ਅਸੀਂ ਚਲੋ ਕੈਨੇਡਾ ਜਾ ਰਹੇ ਹਾਂ। ਸੋ ਦਿਸ ਇਜ਼ ਅ ਜੈਨੂਅਨ ਕੇਸ ਕਿ ਹਰ ਸਾਲ ਅਸੀਂ ਘੁੰਮਦੇ ਰਹਿੰਦੇ ਹਾਂ। ਸੈਕਿੰਡ ਜਿਹੜਾ ਫੈਕਟਰ ਹੈਗਾ ਤੁਹਾਡਾ ਸੋਰਸ ਆਫ ਇਨਕਮ। ਸੋਰਸ ਆਫ ਇਨਕਮ ਇਜ਼ ਵੈਰੀ ਇੰਪੋਰਟੈਂਟ ਫੈਕਟਰ ਇਨ ਗੈਟਿੰਗ ਵੀਜ਼ਾ। ਸੋਰਸ ਆਫ ਇਨਕਮ ਦਾ ਭਾਵ ਕਿ ਤੁਹਾਨੂੰ ਕਿੱਥੋਂ ਇਨਕਮ ਆ ਰਹੀ ਹੈ, ਕੀ ਤੁਸੀਂ ਸੈਲਫ ਇੰਪਲੋਇਡ ਹੋ, ਤੁਹਾਡਾ ਬਿਜ਼ਨਸ ਹੈ, ਤੁਹਾਡੀ ਜੋਬ ਕਿਤੇ ਲੱਗੀ ਹੈ। ਉਹਨੂੰ ਦੇਖਦੇ, ਅਗਰ ਕਿਸੇ ਦੀ ਹੈਂਡਸਮ ਸੈਲਰੀ ਆ ਰਹੀ ਹੈ, ਮੰਨ ਲਓ ਕਿਸੇ MNC ਦੇ ਵਿੱਚੋਂ ਜਾਂ ਕਿਸੇ ਅੱਛੀ ਕੰਪਨੀ ਰਜਿਸਟਰਡ ਕੰਪਨੀ 'ਚੋਂ 30-40 ਹਜ਼ਾਰ ਤੁਹਾਡੇ ਅਕਾਊਂਟ 'ਚ ਆ ਰਿਹਾ ਮੰਥਲੀ, ਬੈਂਕ ਦੇ ਵਿੱਚ ਆ ਰਿਹਾ, ਤੁਸੀਂ ਫੋਰਮ 16 ਦੇ ਸਕਦੇ ਹੋ, ਪ੍ਰੋਪਰ ਬੈਂਕ ਦੀ ਸਟੇਟਮੈਂਟ ਦੇ ਸਕਦੇ ਹੋ, ਉਸ ਕੇਸ ਦੇ ਵਿੱਚ ਤੁਹਾਡੀ ਸਾਊਂਡਨੈਸ ਸ਼ੋ ਹੁੰਦੀ ਹੈ ਕਿ ਹੀ ਔਰ ਸ਼ੀ ਇਜ਼ ਹੈਵਿੰਗ ਯੂ ਨੋ ਟਾਈਜ਼ ਇਨ ਦਾ ਹੋਮ ਕੰਟਰੀ, ਕਿ ਤੁਸੀਂ ਪੱਕੀ ਜੋਬ ਹੈਗੀ, ਇਹਨੂੰ ਛੱਡੋਗੇ ਨਹੀਂ। ਫਰਦਰ ਤੁਹਾਡੇ ਨਾਮ 'ਤੇ ਪ੍ਰੋਪਰਟੀ ਕਿੰਨੀ ਹੈ, 60-70 ਲੱਖ, 1-1.5 ਕਰੋੜ ਦੇ ਨਾਮ 'ਤੇ ਤੁਹਾਡੇ ਪ੍ਰੋਪਰਟੀ ਹੈ, ਔਰ ਤੁਹਾਡੇ ਬੈਕ ਹੋਮ ਟਾਈਜ਼ ਕੀ ਨੇ, ਤੁਸੀਂ ਮੈਰਿਡ ਹੋ, ਤੁਹਾਡੀ ਵਾਈਫ ਜਾਂ ਤੁਹਾਡਾ ਹਸਬੈਂਡ ਪਿੱਛੇ ਹੈ, ਬੱਚੇ ਪਿੱਛੇ ਹੈ, ਤੁਹਾਡੇ ਪੇਰੈਂਟਸ ਪਿੱਛੇ ਹੈ। ਸੋ ਆਫਿਸਰ ਨੇ ਦੇਖਣਾ ਹੈ ਕਿ ਵਾਈ ਯੂ ਵਿਲ ਕਮ ਬੈਕ, ਤੁਸੀਂ ਵਾਪਸ ਹੋਮ ਕੰਟਰੀ 'ਚ ਕਿਉਂ ਆਓਗੇ। ਇੱਕ ਬਹੁਤ ਵੱਡਾ ਫੈਕਟਰ ਹੈਗਾ ਜਿਹੜਾ ਕਿ ਡਿਟਰਮਿਨ ਕਰਦਾ ਤੁਹਾਡੇ ਵੀਜ਼ਾ ਨੂੰ। ਹੁਣ ਅਗਰ ਤੁਹਾਡੀ ਵਾਈਫ ਜਾਂ ਤੁਹਾਡੇ ਬੱਚੇ ਇੰਡੀਆ 'ਚ ਨਹੀਂ ਔਰ ਤੁਸੀਂ 2 ਕੁ ਵੀਕ ਦਾ ਪਲਾਨ ਕਰਕੇ ਜਾ ਰਹੇ ਹੋ, ਪ੍ਰੋਪਰ ਉਹਨਾਂ ਨੂੰ ਆਈਟਨਰੀ ਦੇ ਰਹੇ ਹੋ, ਮੈਨੂੰ ਇਸ ਦਿਨ ਕੌਣ ਰਿਸੀਵ ਕਰਨ ਆ ਰਿਹਾ, ਕਿਸ ਜਗ੍ਹਾ ਮੈਂ ਜਾ ਰਿਹਾ, ਕਿੰਨੀ ਕਿੰਨੀ ਲੋਕੇਸ਼ਨਸ ਔਰ ਕਿਸ ਕਿਸ ਦਿਨ ਦੇ ਵਿੱਚ ਕੀ ਕੀ ਸਕੈਜੂਲ ਹੈ, ਕਿੱਥੇ ਕਿੱਥੇ ਤੁਸੀਂ ਕੈਨੇਡਾ ਬੁਕਿੰਗਸ ਕਰਵਾਈਆਂ, ਨਾਇਗਰਾ ਫਾਲਸ ਗਏ ਹੋ, 1000 ਆਈਲੈਂਡਸ ਗਏ ਹੋ, ਜਾਂ ਤੁਸੀਂ ਟੋਰਾਂਟੋ ਦੇ ਵਿੱਚ ਗਏ ਹੋ, ਜਾਂ ਤੁਸੀਂ ਵੈਂਕੂਵਰ ਘੁੰਮਣ ਜਾਣਾ ਹੈ, ਤੁਹਾਡੇ ਕੋਲ ਉੱਥੋਂ ਦੀ ਬੁਕਿੰਗਸ ਹੋਣੀਆਂ ਚਾਹੀਦੀਆਂ, ਪ੍ਰੋਪਰ ਤੁਹਾਡੇ ਕੋਲ ਇੱਕ ਆਈਟਨਰੀ ਰੈਡੀ ਹੋਵੇ ਜਿਹੜੀ ਤੁਸੀਂ ਪ੍ਰੋਵਾਈਡ ਕਰ ਸਕੋ, ਔਰ ਲਾਸਟ ਡੇ ਤੁਹਾਡਾ ਕੀ ਹੋਵੇ, ਬੁਕਿੰਗਸ ਹੋਣ ਤੁਹਾਡੀਆਂ, ਜਿਹੜੀ ਏਅਰਲਾਈਨ ਦੀ ਬੁਕਿੰਗ ਕਰਵਾਈ ਹੋਵੇ, ਚਾਹੇ ਡੰਮੀ ਹੋਵੇ, ਜਾਣ ਦੀ ਔਰ ਆਉਣ ਦੀ ਕਨਫਰਮਡ ਹੋਵੇ ਕਿ ਇਸ ਦਿਨ ਮੈਂ ਵਾਪਸ ਆ ਜਾਣਾ, ਐਂਡ ਫਰਦਰ ਆਈ ਵਿਲ ਕੰਟੀਨਿਊ ਮਾਈ ਜੋਬ ਔਰ ਮਾਈ ਬਿਜ਼ਨਸ ਵੈਂਚਰਸ। ਸੋ ਜਦੋਂ ਤੁਸੀਂ ਇੱਕ ਵੀਜ਼ਨ ਦੇ ਦਿੰਦੇ ਹੋ ਆਫਿਸਰ ਨੂੰ, ਫਿਰ ਹੀ ਵੀਜ਼ਾ ਚਾਂਸਿਸ ਬ੍ਰਾਈਟ ਹੁੰਦੇ ਨੇ। ਇਸ ਤੋਂ ਬਾਅਦ ਤੁਹਾਡੇ ਦੇਖਿਆ ਜਾਂਦਾ ਕਿ ਯੂਅਰ ਫੈਮਿਲੀ ਟਾਈਜ਼ ਇਨ ਰਿਸਪੈਕਟਿਵ ਕੰਟਰੀ, ਜਿਵੇਂ ਕੈਨੇਡਾ 'ਚ ਤੁਹਾਡੀ ਫੈਮਿਲੀ ਟਾਈਜ਼ ਕਿੰਨੀਆਂ ਸਟਰੋਂਗ ਨੇ। ਸੋ ਇਹ ਸਾਰੇ ਫੈਕਟਰ ਡਿਟਰਮਿਨ ਕਰਦੇ ਕਿ ਤੁਹਾਨੂੰ ਵਿਜ਼ਟਰ ਵੀਜ਼ਾ ਮਿਲੇਗਾ ਕਿ ਨਹੀਂ। ਹੁਣ
फनी चीज की है दे विच मैं देख रहा है कि बहुत सारे विलेजेस तो पंजाब तो बच्चा हले पढ़ रहा हूं असी सोचते हैं कि जी स्टडी वीजा की जगह विजिटर वीजा बाहर भेज दिए उधर वर्क परमिट दे विच ये कन्वर्ट हो जाएगा। सब तो वड्डी गलती है, इदा दियां गलतियां तुसी ना करो, बिकॉज़ बच्चियां दा जदों रिफ्यूजल आंदा है फर्दर उन्हां नूं स्टडी वीजा दी प्रॉब्लम आंदी है। एम्बेसी देखदी कि इस बच्चे ने पहला एंटर करन दी कोशिश कीती, सो ही और शी इज इंटरेस्टेड टू सेटल ओवर देयर। वो जिहड़ी एंट्री है तुसी रोंग करा लैंदे हो, तुसी रिफ्यूजल लै लैंदे हो, उस तो बाद वो रिफ्यूजल तुहानूं जस्टिफाई करना पैंदा है फर्दर तुहाडे स्टडी वीजा दे विच। केस एक तो प्लेन है, एक रिफ्यूजल्स बाद लगाना टोटली दिस इज अ डिफरेंट स्फीयर। सेकंड चीज मैं देखना है कि बच्चों के जी असी गोल्ड के बिल बना देने हैं कि साढ़े को इन्ना गोल्ड है, बच्चों का गोल्ड बिल लगाता नाल जाली सर्टिफिकेट लगा देते उदा, उस तो बाद डेयरी फार्मिंग लगा देता। हुण रखी एक मझ हुंदी है शायद वो भी नहीं हुंदी, असी डेयरी फार्मिंग बना देने हैं। डेयरी फार्मिंग जो तुम शो करते हो अल्टीमेटली वीजा ऑफिसर ने जो थोड़ा पैन कार्ड भरना है बैंकिंग डिटेल्स देखनी, उन्हें देखना है कि वाकई डेयरी फार्मिंग है जिन्हें नहीं लिखा है, वो डिटेल जो उन्होंने नहीं मिलती क्योंकि डेयरी फार्मिंग उत्थे रजिस्टर नहीं होंगे कितने भी, उद्योग आधार कार्ड नहीं है उसका, करंट अकाउंट नहीं है उसका, उसनों रजिस्ट्रेशन नहीं मिली, और फिर उस तो बाद कोई करंट अकाउंट एंट्रीज नहीं है, करंट अकाउंट ही नहीं है, सिर्फ डेयरी फॉर्म लिखने नाल डेयरी फॉर्म नहीं बन जाता। तो बैकएंड ते चेक कर लेंदा ऑफिसर, तुसी दो दो तीन तीन साल दी रिटर्न्स कठियां भर दी हैं। ये भी एक नेगेटिव पॉइंट है, नॉर्मली जिहड़े एजेंट्स हुंदे है वो दसदे नहीं ये चीज़ा। हुण साडा एजेंट्स वाला काम नहीं है, मैं खुद कैनेडा तो मास्टर्स की है हम्बर कॉलेज टोरंटो तो मैं पढ़िया, उत्थे मेरा इमीग्रेशन का उत्थों का भी एक्सपीरियंस है, इंडिया का भी 10 साल का मेरा एक्सपीरियंस है। सो असी साडा एजेंटा वाला काम नहीं कि तुहानू फसाइए पैसों के लिए तुहाडी फाइल लीए, क्योंकि तुहाडी फाइल साडी फाइल है। हुण मेरे को रोज़ दे 20-25 जने सिर्फ असैसमेंट लिए आते हैं विजिटर वीजा, बट उन्हां दे विचों एक या दो ही एलिजिबल होंगे जिहड़ी मैं फाइल्स लैंदा है। रीजन बीइंग कि वो रिफ्यूजल अगर आएगा तुहाडा नहीं वो मेरा होएगा, तुहाडा वीजा वो भी मेरा वीजा। सो इस चीज़ में मैं बहुत सिंसीयरली साडी सारी टीम बहुत सिंसीयर होकर काम करती है। जिहड़े जिन्हां नूं मैं एडवाइस करदा कि तुसी हले एलिजिबल नहीं हो उन्हां दा 6 महीने या साल दी असीं प्लानिंग कर दिंदे हां। प्लानिंग तो भाव कि किस तरह तुसी फंड्स मेनटेन करने हैं, जे तुसी डेयरी फार्म खोलना है किस शेप च खोलना है, तां कि वो चीज़ां जस्टिफाई हो सकन कि तुसी वाकई अपना तुसी उस कंट्री सैटल होना चाहते हो इन अ राइट वे। तुसी बाहर जाने हो एक दो जगह तुहानूं असीं टूर प्रोवाइड करते हैं, एडवाइस करते हैं, तुसी अब्रॉड जाने हो सिंगापुर मलेशिया दुबई चले गए, जिहदे नाल तुहाडा ट्रैवल हिस्ट्री बन गई, उन्होंने देखना है कि तुसी राइट टाइम ते गए राइट टाइम ते आ गए, कोई क्रिमिनल रैकॉर्ड नहीं है। सो वो चीज़ां देखते हुए असी अकॉर्डिंग टू द सिचुएशन उस नू एडवाइस करते हैं कैंडिडेट नू कि तुसी किस तरह ये 4-5 जिहड़े फैक्टर्स ने इनू आपां बना सकीए ताकि 6 महीने या साल तक असी वीज़ा अप्लाई कर सकीए। सो ये सारिया चीज़ों नू गौर करो, इदां दियां वीडियोज़ तुहानू होर भी अपडेट करते रहांगे। नीचे सबसक्राइब ते क्लिक करो, बैल आइकन ते क्लिक करो ताकि तुहानू रेगुलर ये चीज़ां इदां दी इन्फॉर्मेशन पहुँचती रहे। सत श्री अकाल।